ਸੁਪਨਿਆਂ ਤੇ ਭਾਰੀ ਪੈ ਰਹੀ ਸੀ ਦੋ ਟਾਈਮ ਦੀ ਰੋਟੀ ਤੇ ਸਮੇਂ ਦਾ ਚੱਕਾ ਘੁੰਮਦਾ ਰਿਹਾ। ਕਦੇ ਮੇਰੇ ਲੇਖਾਂ ਨੂੰ ਉਹਨੇ ਧੱਕਾ ਮਾਰਿਆ ਤੇ ਕਦੇ ਮੇਰਾ ਮੱਥਾ ਚੁੰਮਦਾ ਰਿਹਾ। ਰਾਏ ਬਾਪ ਤੇਰਾ ਗੱਲ ਆਖਦਾ, ਮਨ ਲਾ ਕੇ ਆਪਣੀ ਪੜ੍ਹਾਈ ਕਰ ਲੈ। ਬਾਹਰ ਜਾਣਾ, ਬਾਹਰਲੇ ਫੀਸਾਂ ਦਾ ਬੋਝ ਆਪਣੇ ਤੋਂ ਨਹੀਂ ਚੱਲ ਹੋਣਾ। ਕੇਰਾਂ 10-12 ਲੱਖ ਰੁਪਇਆ ਲਾ ਕੇ ਮੈਨੂੰ ਇੱਕ ਵਾਰੀ ਭੇਜ ਦਿਓ। ਬੜੀ ਹੋ ਗਈ ਪਿੰਡ ਜੂਨ ਜੱਟ ਦੀ, ਆਪਣੇ ਮੁਕੱਦਰਾਂ ਨਾਲ ਪੈਂਦਾ ਲੜਨਾ। ਵੀਰੇ ਇੱਕ ਡਬਲ ਡਬਲ ਕਰ ਦਿਓ ਜੀ, ਤੇ ਥੋੜਾ ਜਿਹਾ ਮਿੱਠਾ ਜ਼ਿਆਦਾ ਪਾ ਦਿਓ ਬਾਈ। ਓ ਮਾਈ ਗੋਡ, ਡਬਲ ਡਬਲ ਇੰਨਾ ਮਿੱਠਾ? ਮੋਗਾ ਮਾਨਸਾ ਤੇ ਲੱਗਦੇ ਹੋ? ਮਾਨਸਾ ਤੋਂ ਹੀ ਆ ਜੀ। ਤੇਰੇ ਸ਼ੌਂਕ ਵੱਡੇ ਆ, ਕੁਛ ਨਹੀਂ ਹੁੰਦਾ, ਵੇਚਦੇ ਘਰ ਵੇਚਦੇ ਪਿੰਡੋਂ ਮੰਨ ਜਾ। ਬਈ ਯਾਰ ਗਲਤੀ ਹੋ ਗਈ ਵੀਰੇ, ਮੈਥੋਂ ਇੱਥੇ ਨਹੀਂ ਜਾਣਾ, ਆਪਾਂ ਪਿੰਡ ਦੇਖਣਾ, ਤਰੱਕੀਆਂ ਕਰਨ ਆਏ ਆ। ਰੀਤ, ਮੈਨੂੰ ਦੂਜਾ ਕੰਮ ਮਿਲ ਗਿਆ ਯਾਰ। ਤੈਨੂੰ ਪਤਾ ਕਿੰਨਾ ਥਕੇਵਾ ਹੋ ਜਾਣਾ ਜਦੋਂ ਪੇ ਵਾਲਾ ਚੈੱਕ ਆਉਂਦਾ ਨਾ ਰੀਤ, ਥਕੇਵਾ ਥਕੂਮਾ ਤਾਂ ਮਿੰਟ ਚ ਲੈ ਜਾਂਦਾ। ਤੂੰ ਮੈਨੂੰ ਗੱਭਰੂ ਕਰਦੇ ਆ, ਕਰਦੇ ਨੂੰ ਤੈਨੂੰ ਆਏ ਨੇ। ਐਤਕੀ ਫੀਸ ਭਰ ਲਈ, ਗਾਹਲੀ ਵਾਰੀ ਤਾਂ ਪਿੰਡ ਵੀ ਭੇਜੂ, 100 ਦਾ 5000 ਬਣਦਾ, ਪੈਸੇ ਤਾਂ ਬਹੁਤ ਬਣਦੇ ਯਾਰ ਇੱਥੇ। ਦੁਨੀਆ ਦੀ ਕਿਹੜੀ ਸ਼ੈ ਚਾਹੀਦੀ ਦੱਸ ਬਾਪੂ। ਹੈਲੋ ਭਾਜੀ, ਮੈਂ ਜੱਸਾ ਬੋਲਦਾ ਜੀ, ਮੈਂ ਪੇ ਬਾਰੇ ਗੱਲ ਕਰਦੀ ਸੀ ਜੀ। ਕਿਹੜਾ ਜੱਸਾ ਓਏ, ਦੁਬਾਰਾ ਫੋਨ ਕੀਤਾ, ਮੈਂ ਤੇਰੀਆਂ ਲੱਤਾਂ ਵੱਢ ਦੂੰ, ਰਿਪੋਰਟ ਕਰਾ ਦੂੰ ਤੈਨੂੰ ਇੱਥੋਂ। ਇਹ ਸਟੂਡੈਂਟ ਇੱਥੋਂ ਦੀਆਂ ਭੋਲੀ ਪਾਲੀ ਕੁੜੀਆਂ ਨੂੰ ਫਸਾਉਂਦੇ ਨੇ, ਇਲੀਗਲ ਜਵਾਕ ਜੰਮ ਕੇ ਆਪਦੀ ਪੀਆਰ ਕਰਾਉਂਦੇ ਨੇ। ਉਹ ਕੀ ਗੰਦ ਪਾਇਆ ਓਏ, ਇਹ ਕੁੜੀ ਕੌਣ ਸੀ? ਦੋਸਤ ਸੀ ਸਾਡੀ। ਆਪਣਾ ਸਮਾਨ ਚੁੱਕੋ ਤੇ ਤਿੱਤਰ ਹੋ ਜਾਓ ਇੱਥੋਂ। ਇਮੀਗ੍ਰੈਂਟਸ ਦੀਆਂ ਜੌਬਸ ਲੈ ਰਹੇ ਹਨ, ਕੈਸ਼ ਕੰਮ ਕਰ ਰਹੇ ਹਨ। ਇਹ ਵੜਨੇ ਨਹੀਂ ਚਾਹੀਦੇ ਸਟੂਡੈਂਟ। ਹਥਿਆਰ ਰੱਖੇ ਨੇ, ਵਾਇਲੈਂਸ ਕ੍ਰੀਏਟ ਕਰਦੇ ਨੇ, ਤਾਂ ਕ੍ਰਾਈਮ ਵੱਧ ਰਿਹਾ। ਮੈਂ ਇੱਥੇ ਇੱਕ ਇੰਟਰਨੈਸ਼ਨਲ ਸਟੂਡੈਂਟ ਆਈ ਸੀਗੀ। ਆ ਜਿਹੜਾ ਤੁਸੀਂ ਹੁਣ ਸਟੂਡੈਂਟਾਂ ਬਾਰੇ ਬੋਲਦੇ ਹੋ ਨਾ, ਆ ਹੁਣ ਬਾਹਲਾ ਟਾਈਮ ਨਹੀਂ ਚੱਲਣਾ। ਜ਼ਿੰਦਗੀ ਇਮਤਿਹਾਨਾਂ ਦੇ ਦੌਰ ਚੋਂ ਗੁਜ਼ਰ ਰਹੀ ਹੈ, ਸਮਾਂ ਹੇਰ ਫੇਰ ਕਰ ਰਿਹਾ। ਸੁਣਿਆ ਸੀ ਬਾਹਰਲੇ ਮੁਲਕਾਂ 'ਚ ਗੋਰੇ ਰੇਸਿਜ਼ਮ ਕਰਦੇ ਆ, ਪਰ ਸਾਡੇ ਨਾਲ ਤਾਂ ਇੱਥੇ ਸਾਡੇ ਆਪਦਿਆਂ ਨੇ ਕਰਤਾ। ਇੰਜ ਜਾਪਦਾ ਸੀ ਜਿਵੇਂ ਸਭ ਕੁਛ ਖਤਮ ਹੋ ਗਿਆ, ਪਰ ਪਰਮਾਤਮਾ ਤਾਂ ਕੁਝ ਹੋਰ ਹੀ ਸੋਚੀ ਬੈਠਾ ਸੀ, ਅਸਲ ਕਹਾਣੀ ਤਾਂ ਹਜੇ ਸ਼ੁਰੂ ਹੋਣੀ ਸੀ। ਜਵਾਨੀ ਚੜੀ